ਸਾਰੇ ਪੰਜਾਬ ਦੇ ਵਾਸੀਆਂ ਦੀ ਸਿਹਤ ਅਤੇ ਜ਼ਿੰਦਗੀ ਨੂੰ ਧਿਆਨ 'ਚ ਰੱਖਦੇ ਹੋਏ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਜੀ ਦੇ ਆਦੇਸ਼ਾਂ ਤਹਿਤ ਜਲੰਧਰ ਜ਼ਿਲ੍ਹੇ 'ਚ ਕਰਫਿਊ ਲਗਾਇਆ ਗਿਆ। ਇਹ ਕਰਫਿਊ ਇਸ ਕਰਕੇ ਲਗਾਇਆ ਗਿਆ ਤਾਂ ਜੋ ਲੋਕ ਆਪਸ 'ਚ ਮਿਲਣ ਗਿਲਣ ਨਾਲ ਕਰੋਨਾ ਵਾਇਰਸ ਨਾ ਫੈਲੇ। ਬਹੁਤ ਸਾਰੇ ਸਵਾਲ ਹੁਣ ਮੈਨੂੰ ਇੱਦਾਂ ਦੇ ਆ ਰਹੇ ਆ ਕਿ ਵੀ ਕੀ ਇਸ ਕਰਫਿਊ 'ਚ ਢਿੱਲ ਦਿੱਤੀ ਜਾਵੇਗੀ। ਤੁਹਾਨੂੰ ਸਾਰਿਆਂ ਨੂੰ ਮੈਨੂੰ ਪਤਾ ਹੈ ਜ਼ਰੂਰੀ ਚੀਜ਼ਾਂ ਦੀ ਲੋੜ ਹੈ, ਖਾਸ ਕਰ ਬਿਮਾਰੀ ਤੋਂ ਲੜਨ ਲਈ। ਚੰਗੀ ਸਿਹਤ ਲਈ ਤੁਹਾਨੂੰ ਦੁੱਧ ਵੀ ਚਾਹੀਦਾ, ਸਬਜ਼ੀਆਂ ਵੀ ਚਾਹੀਦੀਆਂ ਨੇ, ਔਰ ਤੁਹਾਨੂੰ ਫਲ ਵੀ ਚਾਹੀਦੇ ਆ। ਹੁਣ ਸਵਾਲ ਇਹ ਹੈ ਕਿ ਜੇਕਰ ਅਸੀਂ ਐਟ ਏ ਟਾਈਮ ਤੁਹਾਨੂੰ ਛੋਟ ਦਿੰਦੇ ਹਾਂ ਔਰ ਐਟ ਏ ਟਾਈਮ ਤੁਸੀਂ ਸਾਰੇ ਜਣੇ ਬਾਹਰ ਆ ਕੇ ਇੱਕਦਮ ਭੀੜ ਕਰਦੇ ਹੋ ਤਾਂ ਚਾਂਸ ਹੈਗੇ ਆ ਕਿ ਵੀ ਬਿਮਾਰੀ ਦੁਬਾਰਾ ਤੋਂ ਫੈਲੇ। ਸੋ ਮੈਂ ਇੱਕ ਚਾਂਸ ਇਹ ਲੈਣਾ ਚਾਹੁੰਦਾ ਵੀ ਅਸੀਂ ਕੁਛ ਇਸ ਤਰ੍ਹਾਂ ਦਾ ਸਿਸਟਮ ਕਰੀਏ ਕਿ ਜਿਹੜੀਆਂ ਤੁਹਾਡੀਆਂ ਜ਼ਰੂਰੀ ਚੀਜ਼ਾਂ ਨੇ ਉਹ ਤੁਹਾਡੇ ਬੂਹੇ 'ਤੇ ਆ ਕੇ ਬੰਦਾ ਬੈੱਲ ਮਾਰ ਕੇ ਤੁਹਾਨੂੰ ਵੇਚ ਕੇ ਜਾਵੇ। ਸਾਨੂੰ ਇਹ ਗੱਲ ਟਰਾਈ ਕਰਨ ਦਿਓ, ਇੱਕਦਮ ਸਿੱਧੀ ਛੋਟ ਦੀ ਪ੍ਰੈਸ਼ਰ ਨਾ ਪਾਓ। ਔਰ ਇਹਦੇ ਲਈ ਜੋ ਮੈਂ ਮੈਪ ਬਣਾਇਆ ਹੈਗਾ, ਤੁਸੀਂ ਮੇਰੇ ਪਰਿਵਾਰਕ ਮੈਂਬਰ ਹੋ, ਮੈਂ ਤੁਹਾਡਾ ਧਿਆਨ ਰੱਖਣਾ, ਉਹ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਿਆ। ਇੱਕ ਤਾਂ ਜਲੰਧਰ ਦੇ ਵਿੱਚ ਦੁੱਧ ਦਾ ਭਰਿਆ ਵਾ, ਜਿਹੜਾ ਵੀ ਕੋਈ ਟੈਂਕਰ ਆਊਗਾ, ਚਾਹੇ ਉਹ ਮੈਟਰੋ ਦਾ ਹੋਵੇ, ਚਾਹੇ ਉਹ ਵੇਰਕਾ ਮਿਲਕ ਪਲਾਂਟ ਦਾ ਹੋਵੇ, ਔਰ ਚਾਹੇ ਉਹ ਕਿਸੇ ਪ੍ਰਾਈਵੇਟ ਦੋਧੀ ਦਾ ਹੋਵੇ, ਚਾਹੇ ਉਹ ਲਵਲੀ ਵਾਲਿਆਂ ਦਾ ਹੋਵੇ, ਉਸ ਨੂੰ ਪੁਲਿਸ ਕਿਤੇ ਵੀ ਨਹੀਂ ਰੋਕੇਗੀ। ਇਹ ਸਾਰੀ ਪੁਲਿਸ ਨੂੰ ਹਦਾਇਤ ਕਰ ਦਿੱਤੀ ਗਈ ਹੈ। ਸਾਰੇ ਕਿਸਾਨਾਂ ਨੂੰ ਮੈਂ ਭਰੋਸਾ ਦਿਵਾਉਣਾ ਚਾਹੁੰਦਾ ਕਿ ਵੇਰਕਾ ਨੂੰ ਇਹ ਕਿਹਾ ਗਿਆ ਕਿ ਪਹਿਲਾਂ ਨਾਲੋਂ ਜਿਹੜਾ ਡਬਲ ਦੁੱਧ ਹੈ ਉਹ ਵੇਰਕਾ ਪ੍ਰੋਡਿਊਸ ਕਰੇਗਾ, ਔਰ ਸਾਰੇ ਕਿਸਾਨਾਂ ਦਾ ਜਿਹੜਾ ਦੁੱਧ ਹੈਗਾ ਉਸ ਦੁੱਧ ਨੂੰ ਲੈਣ ਦੀ ਸਾਡੀ ਪ੍ਰਤੀਬੱਧਤਾ ਹੈਗੀ ਆ। ਅਗਰ ਕਿਸੇ ਦੋਧੀ ਨੇ ਆਪਣੇ ਪਿੱਛੇ ਢੋਲ ਲਟਕਾਏ ਹੋਏ ਨੇ ਤਾਂ ਉਹਨੂੰ ਵੀ ਕਿਸੇ ਨਾਕੇ 'ਤੇ ਰੋਕਿਆ ਨਹੀਂ ਜਾਏਗਾ, ਭਾਵ ਸ਼ਹਿਰ ਤੱਕ ਦੁੱਧ ਆ ਗਿਆ। ਹੁਣ ਤੁਹਾਡੇ ਮਨ 'ਚ ਹੋਏਗਾ ਕਿ ਵੀ ਇਹ ਦੁੱਧ ਤੁਹਾਡੇ ਘਰਾਂ ਤੱਕ ਪਹੁੰਚੇਗਾ ਕਿੱਦਾਂ। ਸਾਰੇ ਜਿਹੜੇ ਦੋਧੀ ਵੀਰ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਜਿਹੜੇ ਦੋਧੀ ਵੀਰ ਨੇ ਔਰ ਜਿਹੜੇ ਰਿਟੇਲਰ ਨੇ ਵੇਰਕਾ ਦੇ, ਉਹਨਾਂ ਨੂੰ ਇਹ ਕਿਹਾ ਗਿਆ ਕਿ ਉਹ ਘਰੋ ਘਰੀ ਥੈਲੀਆਂ ਦੇ ਵਿੱਚ ਜਾਂ ਜਿਹੜਾ ਖੁੱਲ੍ਹਾ ਦੁੱਧ ਹੈਗਾ ਢੋਲਾਂ ਦੇ ਵਿੱਚ ਉਹ ਲਿਜਾ ਕੇ ਬੈੱਲ ਮਾਰਨਗੇ। ਮੇਰੀ ਸਾਰੇ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਕਿ ਜਦੋਂ ਤੁਹਾਡੇ ਘਰ ਇਹ ਲੈ ਕੇ ਆਉਣ, ਸਿਰਫ ਉਦੋਂ ਹੀ ਤੁਸੀਂ ਕਰਨਾ ਹੈਗਾ ਅਗਰ ਗਲੀ 'ਚ ਇੱਕ ਥਾਂ ਖੜਿਆ ਉੱਥੇ ਤੁਸੀਂ ਭੀੜ ਨਹੀਂ ਲਾਉਣੀ। ਇਸੇ ਤਰ੍ਹਾਂ ਹੀ ਥੋਕ ਦੇ ਵਿੱਚ ਜਿਹੜੀ ਸਬਜ਼ੀ ਆ ਰਹੀ ਹੈ ਉਹਦੇ ਕਿਸੇ ਵੀ ਟਰੱਕ ਨੂੰ ਕਿਸੇ ਵੀ ਟਰਾਲੀ ਨੂੰ ਮੇਨ ਮੰਡੀ ਜਾਣ ਤੋਂ ਕਿਸੇ ਵੀ ਵੇਲੇ ਰੋਕਿਆ ਨਹੀਂ ਜਾਊਗਾ। ਸਬਜ਼ੀ ਹੁਣ ਹੀ ਆਪਦੇ ਆਪ ਇੱਕ ਪਾਸ ਹੈਗਾ, ਜੇ ਤੁਹਾਨੂੰ ਪਾਸ ਚਾਹੀਦਾ DMO ਸਾਹਿਬ ਨੂੰ ਪਾਸ ਦੇ ਤੇ ਉੱਥੋਂ ਸਾਰੇ ਆੜ੍ਹਤੀ ਵੀਰ ਹੈ ਜਿਹੜੇ ਪਾਸ ਲੈ ਸਕਦੇ ਹੈਗੇ ਆ। ਉਸ ਤੋਂ ਇਲਾਵਾ ਜਿਹੜੇ ਰੇਹੜੀਆਂ ਨੇ, ਹੱਥ ਰੇਹੜੀਆਂ ਨੇ ਜਿਨ੍ਹਾਂ 'ਤੇ ਚੱਲਦੇ ਫਿਰਦੇ ਸਬਜ਼ੀ ਵੇਚੀ ਜਾਂਦੀ ਹੈ, ਉਹ ਆਪਦੇ ਆਪ 'ਚ ਹੀ ਪਾਸ ਹੈ। ਚਲਦੀ ਫਿਰਦੀ ਹੱਥ ਰੇਹੜੀ ਨੂੰ ਜਦ ਤੱਕ ਇੱਕ ਜਗ੍ਹਾ ਖੜ੍ਹ ਕੇ ਨਹੀਂ ਵੇਚਦਾ, ਤੁਰਦਾ ਫਿਰਦਾ ਵੇਚਦਾ, ਉਹ ਸਵੇਰੇ ਹੀ 4 ਵਜੇ ਜਾ ਕੇ ਸਬਜ਼ੀ ਖਰੀਦਣ ਔਰ ਘਰੋ ਘਰੀ ਜਾ ਕੇ ਸਬਜ਼ੀ ਵੇਚਣ। ਜਦੋਂ ਘਰ ਦੀ ਬਿੱਲ ਬਚਦੀ ਹੈ ਉਸ ਘਰ ਵਾਲੀ ਸਬਜ਼ੀ ਖਰੀਦਣਗੇ, ਬਾਕੀ ਗਲੀ ਉੱਥੇ ਇਕੱਠੀ ਨਹੀਂ ਹੋਊਗੀ। ਔਰ ਇਹ ਵੀਰ ਮੇਰੇ ਰੇਹੜੀ ਵਾਲੇ ਅਗਰ ਚਾਹੁਣ ਸਵੇਰੇ DMO ਦਫ਼ਤਰ ਤੋਂ, ਜ਼ਿਲ੍ਹਾ ਮੰਡੀ ਅਫਸਰ ਜਾਂ ਸੈਕਟਰੀ ਦੇ ਦਫ਼ਤਰ ਤੋਂ, ਇਹਨਾਂ ਸਾਰਿਆਂ ਨੂੰ ਪਾਸ ਇਨਕਾਰ ਨਹੀਂ ਕੀਤਾ ਜਾਊਗਾ, ਪਾਸ ਉੱਥੋਂ ਖੁੱਲ੍ਹਾ ਦਿੱਤਾ ਜਾਊਗਾ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਸਫਾਈ ਵਾਲੇ ਵੀਰ ਹੈਗੇ ਨੇ, ਸੀਵਰਮੈਨ ਨੇ, ਪਾਣੀ ਵਾਲੇ ਜਿਹੜੇ ਸਪਲਾਈ ਵਾਲੇ ਨੇ, ਇਹਨਾਂ ਸਾਰਿਆਂ ਦੇ ਜਿਹੜੇ ਪਾਸ ਨੇ ਉਹ ਲਾਕਰਾ ਸਾਹਿਬ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਜਾਰੀ ਕਰਨਗੇ। ਪਰ ਜਦ ਤੱਕ ਪਾਸ ਜਾਰੀ ਨਹੀਂ ਹੁੰਦੇ, ਜਿਹੜਾ ਵੀ ਕੋਈ ਰੈਗ ਪਿੱਕਰ ਦਾ ਜਿਹਦੇ ਕੋਲ ਬੈਗ ਹੈਗਾ, ਕੂੜੇ ਵਾਲੀ ਕੋਈ ਟੋਕਰੀ ਹੈਗੀ ਹੈ ਜਾਂ ਕੋਈ ਰੇਹੜੀ ਹੈ ਜਾਂ ਉਹਦੇ ਹੱਥ 'ਚ ਕੋਈ ਝਾੜੂ ਹੈ, ਭਾਵ ਉਹ ਇੱਕ ਸੈਨਿਕ ਦੀ ਤਰ੍ਹਾਂ ਕੰਮ 'ਤੇ ਜਾ ਰਿਹਾ, ਉਹਨੂੰ ਅਸੀਂ ਸੈਨਿਕ ਵਾਲੀ ਇੱਜ਼ਤ ਦੇਵਾਂਗੇ, ਉਹਨੂੰ ਅਸੀਂ ਕੰਮ 'ਤੇ ਜਾਣ ਤੋਂ ਨਹੀਂ ਰੋਕਾਂਗੇ, ਭਾਵਾਂ ਦੀ ਕੱਲ੍ਹ ਸ਼ਾਮ ਤੱਕ ਉਹਦਾ ਪਾਸ ਮਿਲੇ, ਉਹਨੂੰ ਸਫਾਈ ਕਰਨ ਤੋਂ ਕਿਤੇ ਵੀ ਰੋਕਿਆ ਨਹੀਂ ਜਾਏਗਾ। ਬਿਜਲੀ ਰਿਪੇਅਰ ਲਈ ਅਗਰ PSPCL ਦਾ ਸਟਾਫ ਆਪਣਾ ਪਾਸ ਲੈ ਕੇ ਜਾਂਦਾ, ਉਹਨੂੰ ਵੀ ਕਿਤੇ ਰੋਕਿਆ ਨਹੀਂ ਜਾਏਗਾ। ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ, ਸਾਡੇ ADC ਜਨਰਲ ਸਾਹਿਬ ਜਾਂ DCP ਗੁਰਮੀਤ ਸਿੰਘ ਜੀ ਦੇ ਧਿਆਨ 'ਚ ਲਿਆਂਦਾ ਜਾਵੇ। ਮੈਡੀਕਲ ਪ੍ਰੋਫੈਸ਼ਨ, ਚਾਹੇ ਉਹ ਸਰਕਾਰੀ ਹਸਪਤਾਲ ਦੇ, ਸਿਵਲ ਹਸਪਤਾਲਾਂ ਦੇ, ਸਿਵਲ ਸਰਜਨ ਸਾਹਿਬ ਦੇ, ਕੋਈ ਪੈਰਾਮੈਡਿਕ, ਮਕੈਨਿਕ, ਕੋਈ ਕਰਮਚਾਰੀ ਅਗਰ ਉਹ ਆਪਣਾ ਸਰਕਾਰੀ ਪਾਸ ਦਿਖਾਏਗਾ, ਆਪਣਾ ਕਾਰਡ ਦਿਖਾਏਗਾ, ਜਾਂ ਜਿੰਨੇ ਵੀ IMA ਦੇ ਮੈਂਬਰ ਨੇ,
ਪ੍ਰਾਈਵੇਟ ਹਸਪਤਾਲ ਨੇ, ਉਹਨਾਂ ਦੇ ਪੈਰਾਮੈਡਿਕ ਨੇ, ਕੋਈ ਸਪੋਰਟ ਸਟਾਫ ਹੈ, ਅਗਰ ਉਹ ਹਸਪਤਾਲ ਦਾ ਆਪਦਾ ਕਾਰਡ ਦਿਖਾਏਗਾ ਕਿ ਮੈਂ ਹਸਪਤਾਲ 'ਚ ਸੇਵਾ ਕਰਨ ਜਾ ਰਿਹਾ, ਉਹਨੂੰ ਵੀ ਕਿਤੇ ਪੁਲਿਸ ਰੋਕੇ ਹੀ ਨਹੀਂ। IMA ਸਿਵਲ ਸਰਜਨ ਸਾਹਿਬ ਨਾਲ ਮੇਰੀ ਗੱਲ ਹੋਊਗੀ, ਉਹ ਜਿੰਨੇ ਪਾਸ ਬਣਾਉਣਾ ਚਾਹੁਣ ADC ਸਾਹਿਬ ਨੂੰ ਲਿਸਟਾਂ ਦੇਣ, 2 ਘੰਟੇ ਬਾਅਦ ਉਹਨਾਂ ਦੇ ਪਾਸ ਮਿਲ ਜਾਣਗੇ। ਪ੍ਰੈਸ ਦੇ ਜਿਹੜੇ ਅਕ੍ਰੈਡਿਟਡ ਪ੍ਰੈਸ ਰਿਪੋਰਟਰ ਨੇ, ਪੀਲੇ ਔਰ ਪਿੰਕ ਕਾਰਡ ਵਾਲੇ, ਉਹਨਾਂ ਨੂੰ ਕੋਈ ਨਹੀਂ ਰੋਕੇਗਾ। ਜਿੰਨੇ ਪ੍ਰੈਸ ਹਾਊਸਿਸ ਹੈਗੇ ਨੇ, ਉਹਨਾਂ ਦੇ ਜਿਹੜਾ ਜਿੰਨਾ ਵੀ ਮੁਲਾਜ਼ਮ ਨੇ, ਸਪੋਰਟ ਸਟਾਫ ਹੈ, ਐਡੀਟਰਸ ਨੇ, ਪ੍ਰਿੰਟਰਸ ਨੇ, ਕੰਪਿਊਟਰ ਆਪਰੇਟਰ ਨੇ, ਸਭ ਦੇ ਜਿਹੜੇ ਪਾਸ ਨੇ, ਉਹ DPRO ਸਾਹਿਬ ਤੋਂ ਲਿੱਤੇ ਜਾ ਸਕਦੇ ਹੈਗੇ ਨੇ। ਇਸ ਤੋਂ ਇਲਾਵਾ ਆਮ ਜਨਤਾ ਦੇ ਜਿਹੜੇ ਬਹੁਤ ਹੀ ਜ਼ਿਆਦਾ ਐਮਰਜੈਂਸੀ ਵਾਲੇ ਕੇਸ ਨੇ, ਮੰਨ ਲਓ ਕਿਸੇ ਦੇ ਘਰ ਕੋਈ ਮਰਗ ਹੋ ਜਾਵੇ, ਪਰਮਾਤਮਾ ਨਾ ਕਰੇ, ਔਰ ਉਸ ਸਮੇਂ 'ਤੇ ਕਿਸੇ ਨੇ ਕੋਈ ਫਿਨਰਲ 'ਤੇ ਜਾਣਾ ਹੈਗਾ, ਕੋਈ ਡਿਲੀਵਰੀ ਵਾਲਾ ਕੇਸ ਹੈ ਜਿਹੜਾ ਕਿ ਸਮਾਂ ਵੇਟ ਨਹੀਂ ਕਰ ਸਕਦਾ, ਕੈਂਸਰ ਦੀ ਕੋਈ ਕੀਮੋਥੈਰੇਪੀ ਲੱਗਣੀ ਹੈ, ਡਾਇਲਿਸਿਸ ਹੋਣੀ ਹੈ, ਤੁਸੀਂ ਆਪਦੇ SDM ਸਾਹਿਬ ਨੂੰ ਸੰਪਰਕ ਕਰੋ। SDM ਸਾਹਿਬ ਤੁਹਾਨੂੰ ਜਿਹੜਾ ਹੈਗਾ ਪਿੰਕ ਕਲਰ ਦਾ ਆਮ ਜਨਤਾ ਵਾਲਾ 1 ਦਿਨ ਵਾਲਾ ਪਾਸ ਦੇਣਗੇ। ਇਸੇ ਤਰ੍ਹਾਂ ਹੀ ਜਿੰਨੇ ਵੀ ਕੋਈ ਕੈਮਿਸਟ ਸ਼ੋਪਸ ਨੇ, ਉਹਨਾਂ ਨੂੰ ਅਸੀਂ ਫਿਲਹਾਲ ਬੰਦ ਕੀਤਾ, ਪਰ ਉਹ ਖੁੱਲ੍ਹੀ ਜਦੋਂ ਹੋਏਗੀ ਉਦੋਂ ਹੀ ਖੁੱਲ੍ਹਣਗੀਆਂ। ਪਰ ਸਾਰੇ ਕੈਮਿਸਟ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਜਿਹੜਾ ਸਾਰਾ ਸਮਾਨ ਹੈਗਾ ਉਹਨੂੰ ਓਪਨ ਪਬਲਿਕ ਨੂੰ ਵੀ, ਸਾਰੇ IMA ਦੇ ਮੈਂਬਰ ਹੋਸਪਿਟਲਸ ਨੂੰ ਵੀ, ਔਰ ਸਰਕਾਰੀ ਨੂੰ ਵੀ ਦੇਣ। ਅਗਰ ਕਿਸੇ ਨੇ ਕੋਈ ਆਨਾਕਾਨੀ ਕੀਤੀ, ਜਦਕਿ ਉਹ ਸਾਡੇ ਬੜੇ ਅੱਛੇ ਸਾਥੀ ਨੇ, ਮੈਂ ਉਹਨਾਂ ਦੀ ਬੜੀ ਇੱਜ਼ਤ ਕਰਦਾ, ਪਰ ਅਗਰ ਕਿਸੇ ਨੇ ਆਨਾਕਾਨੀ ਕੀਤੀ ਤਾਂ ਕਾਨੂੰਨ ਅਨੁਸਾਰ ਅਸੀਂ ਕੋਈ ਵੀ ਸਖਤ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰਾਂਗੇ। ਔਰ ਮੇਰੀ ਸਾਰੇ ਜਲੰਧਰ ਵਾਸੀਆਂ ਨੂੰ ਅਪੀਲ ਹੈ ਕਿ ਆਪਦੇ ਆਪਦੇ ਘਰਾਂ 'ਚ ਰਹੋ, ਕੋਈ ਖੁੱਲ੍ਹੇ ਦੀ ਉਡੀਕ ਨਾ ਕਰੋ, ਤੁਹਾਡੇ ਘਰੋਂ ਘਰ ਸਮਾਨ ਆਊਗਾ। ਜੇ ਕਿਸੇ ਦੇ ਘਰ ਨਹੀਂ ਆਇਆ, ਮੈਂ ਕੱਲ੍ਹ ਨੂੰ ਤੁਹਾਨੂੰ ਸਬਜ਼ੀ ਵਾਲਿਆਂ ਦੇ, ਦੁੱਧ ਵਾਲਿਆਂ ਦੇ, ਇਹਨਾਂ ਸਾਰਿਆਂ ਬਿਜਲੀ ਵਾਲਿਆਂ ਦੇ ਕੰਟਰੋਲ ਨੰਬਰ ਤੋਂ ਨੰਬਰ ਤੁਹਾਡੇ ਕੰਟਰੋਲ ਰੂਮ ਇਕੱਲੇ ਇਕੱਲੇ ਬਣਾ ਕੇ ਤੁਹਾਨੂੰ ਨੰਬਰ ਦੇਵਾਂਗੇ, ਤੁਸੀਂ ਸਿੱਧੇ ਕਾਲ ਕਰੋਗੇ। ਪਰ ਫਿਰ ਵੀ ਜੀ ਕੋਈ ਵੀਰ ਭੈਣ ਰਹਿ ਗਿਆ, ਅਸੀਂ ਜਦੋਂ ਛੋਟ ਦੇਵਾਂਗੇ ਉਦੋਂ ਤੁਸੀਂ ਭੀੜ ਕਰਕੇ ਬਾਹਰ ਨਹੀਂ ਆਉਣਾ। ਬਹੁਤ ਹੀ ਜਿਹੜਾ ਬਹੁਤ ਹੀ ਜ਼ਰੂਰੀ ਜਿਹੜਾ ਹੋਏ ਉਸ ਕੇਸ 'ਚ ਆਉਣਾ। ਜੇ ਕੋਈ ਮਾਂ ਹੈਗੀ ਉਹ ਆਪਦੇ ਬੱਚੇ ਨੂੰ ਰੋਕੇ, ਜੇ ਕੋਈ ਭੈਣ ਹੈਗੀ ਹੈ ਤਾਂ ਭਰਾ ਨੂੰ ਰੋਕੇ, ਜੇ ਕੋਈ ਬਜ਼ੁਰਗ ਹੈ ਤਾਂ ਬੱਚੇ ਨੂੰ ਰੋਕੇ, ਕਿਉਂਕਿ ਜੇ ਇੱਕ ਵਾਰੀ ਜਰਾਸੀਮ ਘਰ 'ਚ ਆ ਗਏ ਤਾਂ ਬਜ਼ੁਰਗ ਨੂੰ, ਬੱਚਿਆਂ ਨੂੰ, ਸਾਰਿਆਂ ਦੀ ਜਾਨ ਨੂੰ ਖਤਰਾ ਹੈ। ਤੁਹਾਡੀ ਜਾਨ ਦੀ ਸਾਨੂੰ ਪਰਵਾਹ ਹੈ। ਮੈਂ ਹੱਥ ਬੰਨ ਕੇ ਦੁਬਾਰਾ ਬੇਨਤੀ ਕਰਦਾ ਕਿ ਆਪਦੇ ਘਰਾਂ 'ਚ ਬਿਰਾਜੋ। ਜੇ ਛੋਟ ਕਿਤੇ ਅਸੀਂ ਮਜਬੂਰੀ ਵਸ ਦਿੱਤੀ ਵੀ ਤਾਂ ਬਹੁਤ ਘੱਟ ਘਰਾਂ ਤੋਂ ਬਾਹਰ ਆਉਣਾ। ਦੁੱਧ, ਸਬਜ਼ੀਆਂ, ਇਹ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਕਿ ਆਮੋ ਆਮ ਕਰਕੇ ਤੁਹਾਡੇ ਘਰਾਂ ਤੱਕ ਅਸੀਂ ਪਹੁੰਚਾਵਾਂਗੇ। ਜੇ ਕਿਸੇ ਵੇਲੇ ਅਸੀਂ ਇੱਕ ਨਵੀਂ ਚੀਜ਼ ਕਰਨ ਲੱਗੇ ਹਾਂ, ਤੁਹਾਡੇ ਲਈ ਕਰਨ ਲੱਗੇ ਹਾਂ, ਵੱਡਾ ਟਾਸਕ ਹੈ, 12.5 ਲੱਖ ਲੋਕ ਨੇ, ਜੇ ਕਿਤੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗੀ ਤਾਂ ਵੀ ਸਾਨੂੰ ਮਾਫ਼ ਕਰ ਦਿਓ। ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਇੰਪਰੂਵ ਕਰਾਂਗੇ। ਧੰਨਵਾਦ।